ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ ਈਡੀ ਦੇ ਵੱਲੋਂ ਸਮਨ ਭੇਜੇ ਗਏ ਸੀ ਕਿ 27 ਅਕਤੂਬਰ ਨੂੰ ਈਡੀ ਦੇ ਕੋਲ ਪੇਸ਼ ਹੋਣ। ਅੱਜ 27 ਅਕਤੂਬਰ ਹੈ ਪਰ ਰਣਇੰਦਰ ਸਿੰਘ ਇੱਥੇ ਪੇਸ਼ ਨਹੀਂ ਹੋਣਗੇ। ਉਹਨਾਂ ਦੇ ਵਕੀਲ ਐਡਵੋਕੇਟ ਜੈਵੀਰ ਸ਼ੇਰਗਿੱਲ ਨੇ ਕਿਹਾ ਹੈ ਕਿ 2021 ਓਲੰਪਿਕਸ ਨੂੰ ਲੈ ਕੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ, ਉਹਨਾਂ ਨੇ ਉੱਥੇ ਜਾਣਾ ਆ, ਇਸ ਲਈ ਉਹ ਇੱਥੇ ਈਡੀ ਦੇ ਮੂਹਰੇ ਪੇਸ਼ ਨਹੀਂ ਹੋ ਸਕਦੇ। ਅਸੀਂ ਇਸ ਵੇਲੇ ਜਲੰਧਰ ਈਡੀ ਦਫ਼ਤਰ ਦੇ ਬਾਹਰ ਖੜ੍ਹੇ ਹਾਂ। ਤੁਸੀਂ ਦੇਖ ਸਕਦੇ ਹੋ ਕਿ ਕੁਛ ਸਮਾਂ ਪਹਿਲਾਂ ਇੱਥੇ ਪੁਲਿਸ ਦੀ ਕਾਫ਼ੀ ਟਾਈਟ ਸਿਕਿਉਰਿਟੀ ਸੀਗੀ। ਸਵੇਰ ਤੋਂ ਹੀ ਪੁਲਿਸ ਦੇ ਵੱਲੋਂ ਇੱਥੇ ਸਖ਼ਤ ਪਹਿਰਾ ਕੀਤਾ ਗਿਆ ਸੀ, ਮੀਡੀਆ ਕਰਮਚਾਰੀ ਇੱਥੇ ਮੌਜੂਦ ਸੀ, ਪਰ ਹੁਣ ਇੱਥੋਂ ਸਿਕਿਉਰਿਟੀ ਸਾਰੀ ਚੱਕ ਲਈ ਗਈ ਹੈ। ਇਹ ਤਸਵੀਰਾਂ ਈਡੀ ਦਫ਼ਤਰ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਅੱਜ ਰਣਇੰਦਰ ਸਿੰਘ ਨੇ ਪੇਸ਼ ਹੋਣਾ ਸੀ। ਕੇਸ ਈਡੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਵਿਟਜ਼ਰਲੈਂਡ ਦੇ ਵਿੱਚ ਫੰਡਸ ਇੱਧਰ ਉੱਧਰ ਕਰਨ ਦੇ ਕੇਸ ਦੇ ਵਿੱਚ ਉਹਨਾਂ ਦੇ ਉੱਪਰ ਕਾਰਵਾਈ ਚੱਲ ਰਹੀ ਹੈ। ਇਸ ਕੇਸ ਦੇ ਵੱਲੋਂ ਇਨਕਮ ਟੈਕਸ ਵੀ ਕਾਰਵਾਈ ਕਰ ਰਿਹਾ ਹੈ, ਜਾਂਚ ਕਰ ਰਿਹਾ ਹੈ। ਤਾਂ ਅੱਜ ਈਡੀ ਦੇ ਵੱਲੋਂ ਸਮਨ ਭੇਜੇ ਗਏ ਸੀ ਕਿ ਇੱਥੇ ਰਣਇੰਦਰ ਸਿੰਘ ਪੇਸ਼ ਹੋਣ, ਪਰ ਅੱਜ ਨਹੀਂ ਪੇਸ਼ ਹੋਣਗੇ। ਉਹਨਾਂ ਨੇ ਹਵਾਲਾ ਇਹ ਦਿੱਤਾ ਹੈ ਕਿ 2021 ਓਲੰਪਿਕਸ ਨੂੰ ਲੈ ਕੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ, ਉੱਥੇ ਉਹਨਾਂ ਨੇ ਜਾਣਾ ਆ। ਹੁਣੇ ਐਡਵੋਕੇਟ ਜੈਵੀਰ ਸ਼ੇਰਗਿੱਲ ਨਾਲ ਵੀ ਸਾਡੀ ਗੱਲ ਹੋਈ ਹੈ ਕਿ ਉਹਨਾਂ ਨੇ ਕਿਹਾ ਹੈ ਕਿ ਸੰਮਣ ਜਿਹੜੇ ਸਾਨੂੰ ਭੇਜੇ ਗਏ ਨੇ ਉਹ ਸੰਮਣ ਥੋੜ੍ਹੀ ਜਿਹੀ ਡਿਟੇਲ ਦੇ ਵਿੱਚ ਸਾਨੂੰ ਦਿੱਤੇ ਜਾਣ, ਜਿਹੜੇ ਕੇਸ ਦੇ ਲਈ ਭੇਜੇ ਜਾ ਰਹੇ ਨੇ ਉਸ ਕੇਸ ਦੀ ਡਿਟੇਲ ਸਾਨੂੰ ਦਿੱਤੀ ਜਾਵੇ, ਤਾਂ ਉਸ ਤੋਂ ਬਾਅਦ ਵਿਚਾਰ ਹੋਵੇਗਾ ਕਿ ਅਸੀਂ ਕਾਰਵਾਈ ਲਈ ਆਉਣਾ ਹੈ ਜਾਂ ਫਿਰ ਨਹੀਂ। ਥੋੜ੍ਹੀ ਜਿਹੀ ਪਿੱਛੇ ਤੁਹਾਨੂੰ ਲੈ ਕੇ ਚੱਲਦਾ ਕਿ 2016 ਦੇ ਵਿੱਚ ਵੀ ਜਦੋਂ ਈਡੀ ਨੇ ਪਹਿਲੀ ਵਾਰੀ ਸੰਮਣ ਭੇਜੇ ਸੀ ਤਾਂ ਇਹ ਕਿਹਾ ਗਿਆ ਸੀ ਕਿ ਰਣਇੰਦਰ ਦੀ ਸਿਹਤ ਨਹੀਂ ਠੀਕ, ਇਸ ਕਰਕੇ ਉਹ ਪਹਿਲੀ ਵਾਰੀ ਨਹੀਂ ਹੋਏ ਪੇਸ਼। ਤਾਂ ਜਦੋਂ ਦੂਜੀ ਵਾਰੀ ਸੰਮਣ ਭੇਜੇ ਗਏ ਤਾਂ ਦੂਜੀ ਵਾਰੀ ਇਹ ਕਿਹਾ ਗਿਆ ਸੀ ਕਿ ਖੇਡ ਨੂੰ ਲੈ ਕੇ, ਸਪੋਰਟਸ ਨੂੰ ਲੈ ਕੇ ਕੋਈ ਉਹਨਾਂ ਦੀ ਮੀਟਿੰਗ ਹੈ, ਉਹਦੇ ਵਿੱਚ ਵਿਅਸਤ ਨੇ, ਤਾਂ ਉਹ ਦੂਜੀ ਵਾਰੀ ਵੀ ਸੰਮਣ ਦੇ ਉੱਪਰ ਨਹੀਂ ਪਹੁੰਚੇ ਸਨ ਇੱਥੇ। ਤਾਂ ਜਦੋਂ ਤੀਸਰੀ ਵਾਰੀ ਉਹਨਾਂ ਨੂੰ ਸੰਮਣ ਈਡੀ ਦੇ ਵੱਲੋਂ ਭੇਜੇ ਗਏ ਸੀ ਤਾਂ ਤੀਸਰੀ ਵਾਰੀ 21 ਜੁਲਾਈ 2016 ਨੂੰ ਇੱਥੇ ਪੇਸ਼ ਹੋਏ ਸੀ। ਲਗਭਗ 4 ਘੰਟੇ ਉਹਨਾਂ ਕੋਲੋਂ ਪੁੱਛਗਿੱਛ ਹੋਈ ਸੀ। ਤਾਂ ਇਹ ਉਹੀ ਬਿਲਡਿੰਗ ਹੈ ਜਿੱਥੇ ਰਣਇੰਦਰ ਨੇ ਅੱਜ ਪੇਸ਼ ਹੋਣਾ ਸੀ, ਪਰ ਅੱਜ ਰਣਇੰਦਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨਹੀਂ ਪੇਸ਼ ਹੋਏ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਵੀ ਮੀਡੀਆ ਕਰਮਚਾਰੀਆਂ ਨੇ ਜਦੋਂ ਗੱਲਬਾਤ ਕੀਤੀ ਸੀ ਤਾਂ ਉਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਸੰਮਣ ਭੇਜੇ ਗਏ ਆ ਈਡੀ ਦੇ ਵੱਲੋਂ, ਤਾਂ ਕੀ ਉਹਨਾਂ ਦਾ ਪ੍ਰਤੀਕਰਮ ਆ? ਪਰ ਉਹਨਾਂ ਦਾ ਇਹ ਕਹਿਣਾ ਸੀ ਕਿ ਸੰਮਣ ਸਾਨੂੰ ਆਉਂਦੇ ਜਾਂਦੇ ਰਹਿੰਦੇ ਨੇ, ਕੋਈ ਬਹੁਤਾ ਇਸ ਦੇ ਉੱਪਰ ਦਿਲਚਸਪੀ ਉਹਨਾਂ ਨੇ ਨਹੀਂ ਸੀ ਦਿਖਾਈ। ਤਾਂ ਉਦੋਂ ਹੀ ਕਲੀਅਰ ਹੋ ਗਿਆ ਸੀ ਕਿ ਰਣਇੰਦਰ ਇੱਥੇ ਪੇਸ਼ ਨਹੀਂ ਹੋਣਗੇ। ਮੇਰੇ ਕਲਾਇੰਟ ਸ਼੍ਰੀ ਰਣਇੰਦਰ ਸਿੰਘ ਜੀ ਨੂੰ ਅੱਜ ਈਡੀ ਨੇ ਪੇਸ਼ ਹੋਣ ਲਈ ਸੰਮਨ ਦਿੱਤੇ ਸੀ। ਮੇਰੇ ਕਲਾਇੰਟ ਨੇ ਈਡੀ ਤੋਂ ਅਡਜਰਨਮੈਂਟ ਤਰੀਕ ਮੰਗੀ ਹੈ ਕਿਉਂਕਿ ਉਹ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਨੇ ਅਤੇ ਅੱਜ ਓਲੰਪਿਕ ਖੇਡਾਂ 2021 ਦੀ ਮੀਟਿੰਗ ਹੈ, ਉਹਦੀ ਤਿਆਰੀਆਂ ਦੀ ਮੀਟਿੰਗ ਹੈ, ਰਾਜ ਸਭਾ ਵਿੱਚ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਮੀਟਿੰਗ ਹੈ ਜਿੱਥੇ ਉਹਨਾਂ ਨੂੰ ਵੀ ਬੁਲਾਇਆ ਗਿਆ ਹੈ। ਇਸ ਗਰਾਊਂਡ 'ਤੇ ਅਸੀਂ ਤਰੀਕ ਮੰਗੀ ਹੈ ਅਤੇ ਨਾਲ ਅਸੀਂ ਇਹ ਵੀ ਕਿਹਾ ਹੈ ਕਿ ਸੰਮਨ ਜਿਹੜੇ ਭੇਜੇ ਉਹ ਕੁਛ ਨਹੀਂ ਦੱਸਦੇ ਕਿ ਕਿਹੜੇ ਕਾਗਜ਼, ਕਿਹੜਾ ਸਬੂਤ, ਕਿਹੜੇ ਕੇਸ ਦੇ ਸੰਬੰਧ 'ਚ ਸਾਨੂੰ ਬੁਲਾਇਆ ਜਾ ਰਿਹਾ, ਉਹਦੀ ਡਿਟੇਲ ਵੀ ਦਿਓ ਅਤੇ ਅੱਜ ਅਸੀਂ ਈਡੀ ਨੂੰ ਅਡਜਰਨਮੈਂਟ ਦੀ ਅਰਜ਼ੀ ਹੈ ਉਹ ਜਿਹੜੀ ਪਾਤੀ ਹੈ। ਤਾਂ ਅੱਜ ਉਹੀ ਗੱਲ ਹੋਈ ਹੈ ਕਿ ਜੋ ਪਿਛਲੀ ਵਾਰ ਜਿਸ ਤਰੀਕੇ ਨਾਲ ਕੀਤਾ ਸੀ ਉਹੀ ਚੀਜ਼ ਦੁਬਾਰਾ ਦੁਹਰਾ ਰਹੇ ਨੇ, ਪਰ ਹੁਣ ਦੇਖਦੇ ਹਾਂ ਕਿ ਜਦੋਂ ਦੂਸਰੀ ਵਾਰੀ ਸੰਮਣ ਭੇਜੇ ਜਾਣਗੇ ਤਾਂ ਜਿਹੜੇ ਉਹਨਾਂ ਦੇ ਵਕੀਲ ਨੇ ਕਿਹਾ ਹੈ ਕਿ ਥੋੜ੍ਹਾ ਵਿਸਥਾਰ ਦੇ ਨਾਲ ਸੰਮਣ ਭੇਜਣ, ਕਿਹੜੇ ਕੇਸ ਦੇ ਸਾਨੂੰ ਸੰਮਣ ਭੇਜਣੇ ਆ, ਕਿਹੜੇ ਕੇਸ ਦੇ ਸਾਨੂੰ ਕਿਹੜੇ ਕੇਸ ਲਈ ਸਾਨੂੰ ਬੁਲਾਉਣਾ ਆ, ਉਸ ਕੇਸ ਦੇ ਲਈ ਅਸੀਂ ਪੇਸ਼ ਹੋਵਾਂਗੇ। ਪਰ ਅੱਜ ਉਹਨਾਂ ਨੇ ਤਰਕ ਇਹ ਦਿੱਤਾ ਕਿ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ 2021 ਦੇ ਓਲੰਪਿਕਸ ਨੂੰ ਲੈ ਕੇ, ਇਸ ਲਈ ਰਣਇੰਦਰ ਇੱਥੇ ਪੇਸ਼ ਨਹੀਂ ਹੋਣਗੇ। ਚਰਚਾ ਇਸ ਕੇਸ ਦੀ ਇਸ ਕਰਕੇ ਹੋ ਰਹੀ ਹੈ ਕਿ ਇਹ ਉਸ ਵੇਲੇ ਖੋਲਿਆ ਗਿਆ ਈਡੀ ਦੇ ਵੱਲੋਂ ਕੇਸ ਜਦੋਂ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵੱਲੋਂ ਸਪੈਸ਼ਲ ਸੈਸ਼ਨ ਬੁਲਾ ਕੇ ਖੇਤੀ ਬਿੱਲ ਪਾਸ ਕੀਤੇ ਜਾਂਦੇ ਨੇ ਕੇਂਦਰ ਸਰਕਾਰ ਦੇ ਉਲਟ। ਤਾਂ ਇਹ ਚਰਚਾ ਹੋ ਰਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਹੀ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਜਾਣ ਬੁੱਝ ਕੇ, ਕਿਉਂਕਿ ਪਹਿਲਾਂ ਵੀ ਇਹ ਚੀਜ਼ਾਂ ਹੁੰਦੀਆਂ ਰਹੀਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਕਹੀ ਜਾਂਦੀ ਸੀ ਵਿਰੋਧੀ ਦਲਾਂ ਵੱਲੋਂ ਕਿ ਸੌਫਟ ਚੱਲ ਰਹੇ ਨੇ, ਨਰਿੰਦਰ ਮੋਦੀ ਦੇ ਖਿਲਾਫ ਸੌਫਟ ਚੱਲ ਰਹੇ ਨੇ। ਤਾਂ ਇਹ ਚਰਚਾ ਹੁੰਦੀ ਸੀ ਕਿ ਈਡੀ ਦੇ ਕੇਸ ਨੇ ਕੇਂਦਰ ਸਰਕਾਰ ਦੇ ਕੋਲ, ਤਾਂ ਇਸ ਲਈ ਈਡੀ ਦੇ ਕੇਸ ਖੁੱਲ੍ਹ ਸਕਦੇ ਨੇ। ਤਾਂ ਜਦੋਂ ਵਿਧਾਨ ਸਭਾ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਬਿਆਨਬਾਜ਼ੀ ਹੋਈ, ਬਿੱਲ ਲਿਆਂਦੇ ਗਏ, ਤਾਂ ਉਸੇ ਸਮੇਂ ਈਡੀ ਦੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਨੂੰ ਸੰਮਣ ਭੇਜਣੇ, ਇਹ ਇੱਕ ਚਰਚਾ ਦਾ ਵਿਸ਼ਾ ਸੀ। ਇਹ ਇੱਕ ਨਵੀਂ ਚੀਜ਼ ਜਿਹੜੀ ਸਾਹਮਣੇ ਆਈ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਸੰਮਣ ਭੇਜੇ ਜਾ ਰਹੇ ਆ।
पर ईडी दे वल्लों 27 तरीक नूं अज दे दिन रणिंदर नूं बुलाया गया सी, पर ओ अज इत्थे पेश नहीं होणगे। दुबारा एक बार फिर दस दें कि तर्क यह दिता गया कि 2021 दी ओलंपिक्स नूं लैके पार्लीमेंटरी बोर्ड की मीटिंग है, इसलिए उन्होंने उत्थे जाना आ। उस करके वह जलंधर दे विच ईडी दफ्तर ईडी दे जिहड़े अफसर ने उन्हां अगे पेश नहीं हो सकते। पिछली बार 4 साल पहला बुलाया सी, 4 साल बाद एक केस फिर खोलिया गया। केस भी उदों खोलिया गया जदों पंजाब अते दिल्ली की लड़ाई चल रही है, जदों एक पासे किसानी है तो एक पासे केंद्र सरकार है, तो केंद्र सरकार अपनी जिद उत्ते अड़ी हुई है, इधर किसान अपनी जिद उत्ते अड़े हुए ने कि असी कानून वापस करा के हटांगे, तो केंद्र कह रही है कि कानून वापस नहीं होणगे। उस दौरान ईडी दे वल्लों अज रणिंदर नूं बुलाया गया सी, पर रणिंदर इत्थे पेश नहीं होए। तो हुण देखदे हां कि ईडी दे वल्लों अगली तरीक अगले सम्मन कदों भेजे जाणगे। कैमरामैन मनीष दे नाल मनदीप सिंह, डेली पोस्ट पंजाबी, जलंधर।